ਉਸ ਚੀਜ਼ ਦੇ ਮਗਰ ਅਸੀਂ ਪਏ ਹੋਏ ਹਾਂ ਵੀ ਉਹਨੂੰ ਫੜਿਓ ਨਾ, ਇਹ ਬਿਲਕੁਲ ਭੁੱਲ ਜਾਣ। ਸਾਡੇ ਵੱਲੋਂ ਸਖਤ ਇੰਸਟਰਕਸ਼ਨਾਂ ਵੀ ਕਿਸੇ ਵੀ ਇਸ ਚੀਜ਼ ਦੇ ਵਿੱਚ ਅਸੀਂ ਨਹੀਂ ਆਉਣਾ। ਸਾਡਾ ਪੁਲਿਸ ਕਰਮਚਾਰੀ ਵੀ ਜੇਕਰ ਇਸ ਚੀਜ਼ ਦੇ ਵਿੱਚ ਆਉਂਦਾ ਤਾਂ ਉੱਤੇ ਵੀ ਕਾਰਵਾਈ ਹੋਊਗੀ। ਬਿਲਕੁਲ, ਉਹ ਵੀ ਇਸ ਚੀਜ਼ ਦਾ ਬਹਾਨਾ ਨਾ ਮਾਰ ਸਕਦਾ ਹੋਵੇ ਕਿ ਮੈਨੂੰ ਕਿਸੇ ਨੇ ਕਿਹਾ ਸੀ, ਕਿਉਂਕਿ ਆਲਰੇਡੀ ਕਲੀਅਰ ਕੱਟ ਹੁਕਮ ਵਰਬਲੀ ਵੀ ਦਿੱਤੇ ਗਏ ਨੇ, ਲਿਖਤੀ ਵੀ ਆ ਗਏ ਨੇ। ਇਸ ਚੀਜ਼ ਦੇ ਵਿੱਚ ਕੋਈ ਵੀ ਕਿਸੇ ਨੂੰ ਗੁੰਜਾਇਸ਼ ਨਹੀਂ ਮਾੜੇ ਬੰਦੇ ਦੀ ਹੈਲਪ ਕਰਨ ਦੀ, ਨਾ ਹੀ ਅਸੀਂ ਮੰਨਾਂਗੇ ਅਤੇ ਨਾ ਹੀ ਇਸ ਚੀਜ਼ ਦੇ ਵਿੱਚ ਅਸੀਂ ਆਵਾਂਗੇ। ਬਿਲਕੁਲ ਠੀਕ ਗੱਲ ਹੈ। ਅਤੇ ਇੱਕ ਗੱਲ ਮੈਂ ਇੱਥੇ ਹੋਰ ਕਰਨਾ ਚਾਹੁੰਦੀ ਹਾਂ ਕਿ ਅਸੀਂ ਜਿਵੇਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ, ਹਰ ਸਾਲ ਅਸੀਂ ਦੇਖਦੇ ਹਾਂ ਕਿ ਨਸ਼ਿਆਂ ਦੇ ਕਾਰਨ ਬਹੁਤ ਜ਼ਿਆਦਾ ਜਿਹੜੀ ਮੌਤ ਤਾਂ ਵੱਧ ਚੁੱਕੀਆਂ ਨੇ। ਗੱਲ ਇਸ ਬਾਰੇ ਜ਼ਰੂਰ ਕਰਾਂਗੇ। ਇੱਕ ਦਰਸ਼ਕ ਪਹਿਲੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਇਕਬਾਲ ਸਿੰਘ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਰਾਉਂ ਤੋਂ ਜੀ। ਹਰ ਬਾਪ ਕਹਿੰਦਾ ਨਸ਼ਿਆਂ ਕੋਲੋਂ ਦੂਰ ਰਹਿਣ ਪੁੱਤ ਮੇਰੇ, ਜਾਂ ਪੁੱਤ ਬਣ ਜਾਣ ਵੱਡੇ ਅਫਸਰ ਜਾਂ ਬਣ ਜਾਣ ਖਿਡਾਰੀ, ਹੁੰਦੀ ਬਾਪੂ ਦੀ ਪੁੱਤਰਾਂ ਨਾਲ ਸਰਦਾਰੀ। ਕਿਸੇ ਨੇ ਕਿੰਨੀਆਂ ਵਧੀਆ ਲੈਣਾ ਲਿਖੀਆਂ। ਸਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਨਸ਼ਾ ਮੁਕਤ ਸਮਾਜ ਦੀ ਜੇ ਅਸੀਂ ਸਿਰਜਣਾ ਕਰਨੀ ਹੈ, ਕੀ ਅਸੀਂ ਆਪਣੇ ਪੇਰੈਂਟਸ ਮਾਂ ਬਾਪ ਹੀ ਇਹਦੇ ਲਈ ਓਨੇ ਹੀ ਜ਼ਿੰਮੇਵਾਰ ਆ? ਕਿਉਂਕਿ ਉਹ ਆਪਣੇ ਬੱਚਿਆਂ ਤੋਂ ਵੱਡੀਆਂ ਵੱਡੀਆਂ ਆਸਾਂ ਰੱਖਦੇ ਆ, ਉਹਦੀ ਬੱਚੇ ਦੀ ਕਲਾ ਨੂੰ ਨਹੀਂ ਪਛਾਣਦੇ, ਉਹਨੂੰ ਡਾਕਟਰ ਜੱਜ ਇੰਜੀਨੀਅਰ ਬਣਾਉਣ ਵੱਲ ਭੇਜ ਰਹੇ ਆ। ਬੱਚਿਆਂ ਨੂੰ ਧੱਕੇ ਨਾਲ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਪੈਸੇ ਦੇ ਜ਼ੋਰ ਤੇ ਪਾ ਦਿੱਤਾ ਜਾਂਦਾ, ਬੱਚੇ ਉਹਦੇ 'ਚ ਕਾਮਯਾਬ ਨਹੀਂ ਹੁੰਦੇ। ਜਦੋਂ ਕਾਮਯਾਬ ਨਹੀਂ ਹੁੰਦੇ ਭਵਿੱਖ ਦੇ ਵਿੱਚ, ਫਿਰ ਉਹ ਨਸ਼ਿਆਂ ਦਾ ਸਹਾਰਾ ਲੈਂਦੇ ਆ ਜੋ ਨਾ ਕਾਮਯਾਬੀ ਨੂੰ ਦੇਖ ਕੇ। ਕੀ ਇਸ ਤਰ੍ਹਾਂ ਮਾਪਿਆਂ ਨੂੰ ਨਹੀਂ ਕਰਨਾ ਚਾਹੀਦਾ? ਮੈਨੂੰ ਤਾਂ ਲੱਗਦਾ ਵੀ ਉਹਨਾਂ ਦੀ ਕਲਾ ਨੂੰ ਪਛਾਣਨਾ ਚਾਹੀਦਾ। ਬਾਕੀ ਜਦੋਂ ਬੱਚਿਆਂ ਨੂੰ ਪੜ੍ਹਨ ਲਾ ਦਿੰਦੇ ਆ ਕਾਲਜਾਂ ਦੇ ਵਿੱਚ ਜਾਂ ਡਿਗਰੀਆਂ ਕਰਨ ਲੱਗ ਜਾਂਦੇ ਆ, ਉਹਨਾਂ 'ਤੇ ਕੋਈ ਚੈੱਕ ਨਹੀਂ ਰੱਖਦੇ, ਜਿੰਨੇ ਪੈਸੇ ਬੱਚਾ ਮੰਗੀ ਜਾਂਦਾ ਉਹਨੂੰ ਦੇਈ ਜਾਂਦੇ ਆ। ਕੀ ਉਹਨਾਂ ਦੀ ਸੁਸਾਇਟੀ ਨਹੀਂ ਦੇਖਣੀ ਚਾਹੀਦੀ ਵੀ ਬੱਚਾ ਕਿੱਥੇ ਜਾ ਰਿਹਾ, ਕੀ ਕਰ ਰਿਹਾ? ਇਸ ਤਰ੍ਹਾਂ ਨਾਲ ਵੀ ਅਸੀਂ ਨਸ਼ਾ ਮੁਕਤ ਸਮਾਜ ਸਿਰ ਸਕਦੇ ਹਾਂ ਜੀ। ਵਧੀਆ ਸਕੂਲਾਂ ਕਾਲਜਾਂ ਤੇ ਮਾਪਿਆਂ ਦਾ ਯੋਗਦਾਨ। ਇਕਬਾਲ ਸਿੰਘ ਜੀ, ਜਿਹੜਾ ਤੁਸੀਂ ਆਪੇ ਹੀ ਸਾਡੇ ਤੁਸੀਂ ਮਦਦ ਕਰਤੀ ਸਾਡੀ ਇਹਦੇ 'ਚ ਵੀ, ਕਿਉਂਕਿ ਮਾਪਿਆਂ ਦੀ ਜਿਹੜੀ ਗੱਲ ਮੇਰੇ ਜਹਿਨ 'ਚ ਸੀ, ਮੇਰੇ ਮਨ 'ਚ ਸੀ, ਮੈਂ ਕਰਨੀ ਵੀ ਸੀ ਇਹ ਗੱਲ, ਤੁਸੀਂ ਮੈਨੂੰ ਜਲਦੀ ਯਾਦ ਕਰਵਾਤੀ। ਕਿਤੇ ਹੋ ਇਹ ਨਾ ਹੁੰਦਾ ਵੀ ਪ੍ਰੋਗਰਾਮ ਖਤਮ ਹੋ ਜਾਂਦਾ, ਸਾਡੇ ਮਨ 'ਚ ਗੱਲ ਰਹਿ ਜਾਂਦੀ। ਮਾਂ ਪਿਓ ਜਿਹੜੇ ਕਿ ਇੱਕ ਬਹੁਤ ਜ਼ਿਆਦਾ ਇਸ ਚੀਜ਼ ਸਹੀ ਹੋ ਸਕਦੇ ਨੇ, ਪਰ ਪ੍ਰੋਬਲਮ ਮਾਂ ਪਿਓ ਦੀ ਇੱਕ ਹੀ ਹੈ ਵੀ ਬੱਚਾ ਇੱਕ ਇੱਕ ਹੈ, ਦੋ ਦੋ ਬੱਚੇ ਨੇ, ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ ਮਾਂ ਪਿਓ, ਅਤੇ ਗੱਲਾਂ 'ਚ ਆ ਕੇ ਉਹ ਬੱਚਾ ਪ੍ਰੈਸ਼ਰ ਪਾਉਂਦਾ। ਕਈ ਸਾਡੇ ਕੋਲ ਇੱਦਾਂ ਦੇ ਕੇਸ ਆਉਂਦੇ ਨੇ, ਉਹਦੇ ਮਾਂ ਪਿਓ ਕਹਿੰਦੇ ਵੀ ਸਾਨੂੰ ਮਜਬੂਰ ਕਰਦਾ, ਮੈਂ ਭੱਜ ਜਾਣਾ, ਮੈਂ ਚਲੇ ਜਾਣਾ, ਮੈਂ ਐਂ ਕਰ ਲੈਣਾ, ਮੈਂ ਹੁਣ ਤੁਹਾਡੇ ਕੋਲ ਰਹਿਣਾ ਨਹੀਂ, ਕਿਉਂਕਿ ਇਕੱਲਾ ਇਕੱਲਾ ਬੱਚਾ ਮਾਂ ਦਾ ਮਨ ਤਾਂ ਪਸੀ ਜਾਂਦਾ ਫਿਰ ਇਸ ਚੀਜ਼ 'ਚ। ਉਹਦੇ ਕਰਕੇ ਮਾਂ ਪਿਓ ਨੂੰ ਬੜੀ ਮਜਬੂਰੀ ਹੋ ਜਾਂਦੀ ਇਸ ਚੀਜ਼ ਦੀ। ਪਰ ਮੈਂ ਫਿਰ ਵੀ ਮਾਂ ਪਿਓ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਪਲੀਜ਼ ਕਿਸੇ ਤਰੀਕੇ ਦੇ ਨਾਲ ਸਾਡੇ ਨਾਲ ਸੰਪਰਕ ਕਰ ਲਓ, ਲੋਕਲ ਪੁਲਿਸ ਨਾਲ ਸੰਪਰਕ ਕਰ ਲਓ, ਕਿਸੇ ਮੀਡੀਏਟਰ ਕੋਈ ਵੀ ਬੰਦਾ ਜਿਹੜਾ ਕਾਉਂਸਲਿੰਗ ਕਰਦਾ ਉਹਦੇ ਨਾਲ ਸਹਿਯੋਗ ਕਰਕੇ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਸਕਦੇ ਹੋ। ਬਹੁਤ ਹੈਲਪਫੁੱਲ ਨੇ ਜਿਹੜੇ ਮਾਂ ਪਿਓ ਨੇ ਉਹ ਦੱਸ, ਅਦਰਵਾਈਜ਼ ਜੇ ਮਾਂ ਪਿਓ ਨਹੀਂ ਦੱਸਣਾ ਚਾਹੁੰਦੇ, ਉਹਦੇ ਰਿਸ਼ਤੇਦਾਰ ਜਿਹੜੇ ਕਿ ਉਹਨਾਂ ਦੇ ਬਹੁਤ ਭਲੇ ਵਾਸਤੇ ਚਾਹੁੰਦੇ ਨੇ, ਉਹ ਵੀ ਇਸ ਚੀਜ਼ ਨੂੰ ਦੱਸ ਸਕਦੇ ਤਾਂ ਜੋ ਉਸ ਬੱਚੇ ਦੀ ਜ਼ਿੰਦਗੀ ਬਚਾ ਸਕੇ। ਇੱਥੇ ਵਿਦੇਸ਼ਾਂ ਦੀ ਅਗਰ ਗੱਲ ਕਰੀਏ, ਇਸੇ ਗੱਲ ਦੇ ਨਾਲ ਅਗਰ ਆਪਾਂ ਜੋੜ ਦਈਏ, ਤਾਂ ਵਿਦੇਸ਼ਾਂ ਤੋਂ ਬਹੁਤ ਸਾਰਾ ਪੈਸਾ ਜਾਂ ਵਿਦੇਸ਼ ਔਰ ਜਿਹੜੇ ਨੌਜਵਾਨ ਵਰਗ ਦੇ ਨਸ਼ੇੜੀ ਨੌਜਵਾਨ ਨੇ, ਉਹਨਾਂ ਦੇ ਵਿੱਚ ਕੀ ਸੰਬੰਧ ਆ ਆਪਸ ਦੇ ਵਿੱਚ? ਇਹ ਤਾਂ ਜੀ ਤੁਸੀਂ ਦੇਖਿਆ ਹੋਣਾ ਵੀ ਅੱਜ ਤੋਂ 4-5 ਸਾਲ 6-7 ਸਾਲ ਹੋ ਗਏ ਨੇ, ਕੁਛ ਲੋਕ ਸੀ ਬਾਹਰਲੇ ਜਿਹੜੇ ਕਿ ਨਸ਼ੇ ਦਾ ਵੀ ਧੰਦਾ ਕਰਾਉਂਦੇ ਸੀ ਇੱਥੇ, ਉਹਨਾਂ 'ਤੇ ਇੱਕ ਕਾਮਨ ਪਰਚਾ ਦਰਜ ਵੀ ਹੋਇਆ ਸੀ ਨਕੋਦਰ ਪੁਲਿਸ ਸਟੇਸ਼ਨ ਦੇ ਵਿੱਚ। ਉਸ ਚੀਜ਼ ਦਾ ਉਹਨਾਂ ਨੂੰ ਵੀ ਪਤਾ ਵੀ ਪੁਲਿਸ ਨੇ ਬਖਸ਼ਣਾ ਨਹੀਂ, ਚਾਹੇ ਕਿਤੋਂ ਵੀ ਆਵੇ ਬੰਦਾ। ਮੈਂ ਇੱਕ ਵਿਦੇਸ਼ੀ ਭਰਾਵਾਂ ਨੂੰ, ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਤੁਹਾਡੇ ਪਿੱਛੇ ਪਰਿਵਾਰ ਹੈ, ਜਿਹੜੇ ਤੁਹਾਡੇ ਇੱਕ ਇੱਕ ਬੱਚਾ ਹੈ ਜਾਂ ਬੇਟੀ ਹੈ ਜਾਂ ਬੇਟਾ ਜਾਂ ਤੁਹਾਡਾ ਘਰ 'ਚ ਕੋਈ ਵੀ ਰਹਿੰਦਾ ਪਿੱਛੇ, ਉਹਨਾਂ 'ਤੇ ਰਹਿਮ ਦਾ ਹੱਥ ਰੱਖੋ। ਕਿਉਂਕਿ ਉਹਨਾਂ ਨੂੰ ਜਿਹੜੇ ਤੁਸੀਂ ਪੈਸੇ ਭੇਜਦੇ ਹੋ ਡਾਲਰ, ਜਿਹੜਾ ਕਿ ਇੱਥੇ ਆਣ ਕੇ 100 ਰੁਪਏ ਦਾ 100 ਰੁਪਏ ਬਣ ਜਾਂਦਾ, ਉਹ ਫਿਰ ਬੱਚਾ ਉਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੁੰਦਾ। ਤੁਸੀਂ ਉਹਨੂੰ ਪੁੱਛਦੇ ਨਹੀਂ ਵੀ ਇਹ ਕਿੱਥੇ ਯੂਜ਼ ਕੀਤਾ। ਜਿਹੜੇ ਬੰਦੇ ਡਰੱਗ ਵੇਚਦੇ ਨੇ, ਉਹਨਾਂ ਦੀ ਅੱਖ ਹੋ ਜਾਂਦੀ ਉਸ ਬੰਦੇ ਦੇ ਬੱਚੇ ਦੇ ਉੱਤੇ ਵੀ ਇਹ ਸਾਮੀ ਮੋਟੀ ਆ, ਇਹਨੂੰ ਫਸਾਈਏ ਇਸ ਕੰਮ 'ਚ। ਉਹ ਜਦੋਂ ਬੰਦਾ ਨਸ਼ੇ 'ਚ ਲੱਗ ਜਾਂਦਾ ਫਿਰ ਤੁਹਾਨੂੰ ਪ੍ਰੋਬਲਮ ਆਉਂਦੀ, ਤੁਹਾਨੂੰ ਮੈਸੇਜ ਆਉਂਦੇ ਨੇ ਵੀ ਤੇਰਾ ਮੁੰਡਾ ਤਾਂ ਇਸ ਕੰਮ 'ਚ ਲੱਗ ਗਿਆ। ਪਹਿਲਾਂ ਆਪਾਂ ਬੜਾ ਸਮਝਦੇ ਨੇ ਮੁੰਡਾ ਸਮਾਰਟ ਹੋ ਗਿਆ, ਮੁੰਡੇ ਦੇ ਗੱਲਾਂ 'ਤੇ ਲਾਲੀ ਵੀ ਆ ਗਈ, ਮੁੰਡਾ ਹੱਸਦਾ ਖੇਡਦਾ, ਉਹ ਹੱਸਦਾ ਖੇਡਦਾ ਨਹੀਂ ਹੁੰਦਾ, ਨਸ਼ੇ ਦੀ ਲੋੜ 'ਚ ਹੁੰਦਾ। ਇਸ ਚੀਜ਼ ਦੀ ਪਹਿਚਾਣ ਹੈ ਕਲੀਅਰ ਕੱਟ ਵੀ ਜਿਹੜਾ ਸਮੈਕ ਜਾਂ ਹੈਰੋਨ ਦਾ ਨਸ਼ਾ ਲੈਂਦਾ ਉਹਦੇ ਜਿਹੜਾ ਉਸ ਟਾਈਮ ਦੇ ਉੱਤੇ ਬਹੁਤ ਖੜਿਆ ਹੁੰਦਾ, ਜਦੋਂ ਉਹਦੀ ਲੱਤ ਦੀ ਫਿਰ ਪਤਾ ਲੱਗਦਾ ਵੀ ਉਹਦਾ ਮੂੰਹ ਮੁਰਝਾਇਆ ਹੁੰਦਾ, ਲੱਤਾਂ ਬਾਹਰ ਟੁੱਟਦੀਆਂ ਹੁੰਦੀਆਂ। ਜਿਹੜੇ ਕਿ ਵਿਦੇਸ਼ 'ਚ ਰਹਿੰਦੇ ਨੇ ਮੇਰੇ ਭਰਾ, ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਜਦੋਂ ਪੈਸੇ ਭੇਜਦੇ ਹੋ ਉਸ ਚੀਜ਼ ਦਾ ਹਿਸਾਬ ਲਵੇ ਉਹਦੇ ਕੋਲੋਂ, ਅਤੇ ਨਾਲ ਹੀ ਉਸ ਪਿੰਡ ਦੇ ਵਿੱਚ ਜਿਹੜੇ ਵੀ ਤੁਹਾਡੀ ਪੰਚਾਇਤ ਹੈ ਜਾਂ ਕੋਈ ਤੁਹਾਡਾ ਗੁਆਂਢੀ ਹੈ ਜਾਂ ਕੋਈ ਤੁਹਾਡਾ ਸਕਾ ਸੰਬੰਧੀ ਹੈ, ਚੰਗਾ ਬੰਦਾ, ਕਿਉਂਕਿ ਆਮ ਤੌਰ 'ਤੇ ਰਿਸ਼ਤੇਦਾਰੀ ਖਰਾਬ ਕਰ ਦਿੰਦੇ ਨੇ, ਉਹਨੂੰ ਉਹਦੇ ਵੀ ਹੈਲਪ ਲਈ ਜਾ ਸਕਦੀ ਵੀ ਉਹ ਵੀ ਘਰ ਜਾ ਕੇ ਬੱਚੇ 'ਤੇ ਨਿਗਾਹ ਰੱਖ ਸਕਦਾ, ਬੱਚੇ ਨੂੰ ਮਾੜਾ ਜਿਹਾ। ਉਸ ਤੋਂ ਇਲਾਵਾ ਜੇ ਸਾਡੇ ਨਾਲ ਤੁਸੀਂ ਤਾਲੁਕ
ਤੁਸੀਂ ਸੰਪਰਕ ਕਰ ਸਕਦੇ ਹੋ, ਉਸ ਬੱਚੇ ਬਾਰੇ ਦੱਸ ਸਕਦੇ ਹੋ। ਸਾਡਾ ਕੋਈ ਮਕਸਦ ਨਹੀਂ ਉੱਤੇ ਪਰਚਾ ਦਰਜ ਕੀਤਾ ਜਾਵੇ, ਸਾਡਾ ਮਕਸਦ ਉਹਨੂੰ ਉਹਨੂੰ ਬੰਦ ਕੀਤਾ ਜਾਵੇ, ਉਹਨੂੰ ਰੋਕਿਆ ਜਾਵੇ, ਉਹਨੂੰ ਸਹੀ ਸਥਿਤੀ 'ਚ ਲਿਆ ਜਾਵੇ ਤਾਂ ਜੋ ਨਸ਼ੇ ਨੂੰ ਛੱਡ ਸਕੇ।